ਮੈਂ ਤੁਹਾਨੂੰ ਦੱਸਣਾ, ਤੁਹਾਡੇ ਸਾਲੇ ਦੀ ਬਰਾਤ ਜਿਹੜੀ ਨਾ ਉਹ ਨਾਕਾ ਲਾ ਕੇ ਅਸੀਂ ਡੱਕ ਲਾਂਗੇ। ਤਲਾਸ਼ੀ ਲੈਣ ਦੇ ਬਹਾਨੇ ਅੱਧਾ ਪੌਣਾ ਘੰਟਾ ਅਸੀਂ ਲਾ ਦਿਆਂਗੇ। ਉਸ ਟਾਈਮ 'ਚ ਤੁਸੀਂ ਸਲਾਮੀ ਵੀ ਪਾ ਲੈਣਾ ਅਤੇ ਭੰਗੜਾ ਵੀ ਪਾ ਲੈਣਾ। ਯਾਨੀ ਪੱਕੀ ਤਲਾਕ। ਉਹ ਪੁੱਟੇ ਦੇ ਸਹੁਰੇ ਹੋਣ ਤੇ ਉਹ ਵੀ ਨਾਕੇ ਉੱਤੇ ਰੋਕੇ ਜਾਣ, ਬਰਾਤ ਲੈ ਜਾਂਦੇ ਆ। ਹਾਏ ਦੀ ਬਰਾਤ ਰੁਕ ਡੇ ਹੋਏ, ਸਾਰੀਆਂ ਪਤਾ ਨੀ ਮੈਨੂੰ, ਇਹ ਮੈਨੂੰ ਬੱਚਾ ਨਾ ਸਮਝੋ। ਸਰ ਜੀ ਸਲਾਮੀ ਦੇਣੀ ਸੀ। ਪੁੱਟੇ ਮੈਨੂੰ ਬੇਵਕੂ ਸਮਝਣਾ, ਮੇਰੇ ਸਿਰ ਤੇ ਸਿੰਘ ਉਗੇ ਨੇ, ਇਹ ਤਾਰੀਖ ਗਵਾਏ ਤਾਰੀਖ ਗਵਾਏ। ਬਰਾਤ ਰੋਕ ਕੇ ਸਲਾਮੀ ਦਿੱਤੀ ਨਹੀਂ ਜਾਂਦੀ, ਸਲਾਮੀ ਫੜੀ ਜਾਂਦੀ ਹੈ। ਇਸੇ ਲਈ ਤੇ ਛੁੱਟੀ ਮੰਗੀ ਸੀ। ਉਹ ਛੁੱਟੀ ਛੁੱਟੀ ਛੁੱਟੀ, ਤੁਹਾਨੂੰ ਪਤਾ ਹੈ ਪੁਲਿਸ ਦੇ ਮਹਿਕਮੇ 'ਚ ਅਫਸਰਾਂ ਦੀ ਛੇੜ ਹੈ ਛੁੱਟੀ। ਸਦੀਕ ਸਾਹਿਬ ਇਹ ਕੀ ਬਾਤ ਹੋਈ? ਉਹ ਮੈਂ ਸਹੀ ਤੁਹਾਨੂੰ ਦੱਸ ਰਹੀ ਜੀ ਫਰੀਦ ਸਾਹਿਬ, ਇਹ ਜਿਹੜਾ ਹੈ ਨਾ ਜੀ ਲਫ਼ਜ਼ ਆਪਣਾ ਛੁੱਟੀ, ਇਹ ਤੁਸੀਂ ਇਹ ਸਮਝੋ ਕਿ ਅਫਸਰ ਦੇ ਮੂਡ ਖਰਾਬ ਕਰਨ ਦਾ ਪਾਸਵਰਡ ਹੈ, ਪਾਸਵਰਡ। ਇਹ ਛੁੱਟੀ ਦਾ ਲਫ਼ਜ਼ ਮੇਰੀ ਡਿਕਸ਼ਨਰੀ 'ਚ ਨਹੀਂ ਹੈਗਾ, ਮੈਂ ਤੁਹਾਨੂੰ ਦੱਸਦੀ ਹਾਂ। ਸਾਜੀ ਜੀ ਹੁਕਮ ਕਰੋ ਤੇ ਉਰਦੂ ਬਾਜ਼ਾਰੋਂ ਪੂਰੀ ਡਿਕਸ਼ਨਰੀ ਫੜ ਲਿਆਵਾਂ। ਅਤੀਕ ਜੀ ਜੀ, ਇਹ ਮੈਨੂੰ ਲੱਗਦਾ ਭੁੱਟਾ ਜਿੰਨੀਆਂ ਵੀ ਪੁੱਠੀਆਂ ਸਕੀਮਾਂ ਬਣਾਉਂਦਾ ਨਾ, ਉਹ ਸਾਰੀਆਂ ਤੂੰ ਇਹਨੂੰ ਬਣਾ ਕੇ ਦਿੰਦਾ। ਉਹ ਵੇਖੋ ਤੇ ਸਹੀ ਮੌਸਮ ਕਿਹੜਾ ਜਾਣ ਡੇ ਹੈ, ਧੁੰਦ ਕਿੰਨੀ ਪੈਣ ਡਈ ਹੈ, ਨਜ਼ਰ ਆਉਣ ਨਹੀਂ ਡਿਆ ਕੁਛ ਵੀ। ਇਹ ਦੇਖੋ ਇਹ ਜਿਹੜਾ ਮੌਸਮ ਹੁੰਦਾ ਨਾ ਫਰੀਦ ਸਾਹਿਬ, ਇਹ ਮੁਜਰਮ ਵਾਸਤੇ ਆਈਡੀਅਲ ਮੌਸਮ ਹੁੰਦਾ ਹੈ। ਇਹਦੇ 'ਚ ਵਾਰਦਾਤ ਇੰਝ ਕਰਕੇ ਨਿਕਲਦੇ ਨੇ, ਇੰਝ ਕਰਕੇ, ਇੰਝ ਇੰਝ ਇੰਝ। ਦੇਖੋ ਨਾ ਤੇਰਾ ਵਾਰਦਾਤ ਵੀ ਐਸੀ ਐਸੀ ਹੋ ਰਹੀ ਹੈ ਜੀ। ਬਿਲਕੁਲ ਵਾਰਦਾਤ ਇੰਝ ਹੀ ਹੋਣ ਡੀ ਜੀ, ਮੌਸਮ ਵੀ ਐਸਾ ਹੈ ਸਰ। ਆਪ ਕੀ ਕਰ ਰਹੇ ਸਦੀਕ ਸਾਹਿਬ? ਉਹ ਸਰ ਕੰਮ ਕਰਨ ਡਏ ਆ, ਇਹ ਤੇ ਹੁਣ ਇੰਨਾ ਖਤਰਨਾਕ ਮੌਸਮ ਹੋ ਗਿਆ, ਇੰਨੀ ਧੁੰਦ ਫੈਲ ਗਈ ਹੈ ਕਿ ਹਕੂਮਤ ਨੇ ਕਹਿ ਦਿੱਤਾ ਕਿ ਅੱਧੇ ਕੰਮ ਆਪਣੇ ਜਿਹੜੇ ਨੇ, ਅੱਧੀ ਡਿਊਟੀ ਜਿਹੜੀ ਹੈ ਉਹ ਆਨਲਾਈਨ ਦਿਓ। ਹਾਂ, ਬਲਕਿ ਮੈਂ ਤੈਨੂੰ ਮਸ਼ਵਰਾ ਦੇਣਾ, ਤੂੰ ਆਪਣੇ ਸਾਲੇ ਦੀ ਸ਼ਾਦੀ ਵੀ ਆਨਲਾਈਨ ਅਟੈਂਡ ਕਰ ਬਾਈ। ਸਰ ਜੀ ਮਗਰ ਬਰਾਤ ਦੀ ਰੋਟੀ ਵੀ ਆਨਲਾਈਨ ਖਾਵਾਂ? ਅਸਲ ਮਸਲਾ ਸਾਲੇ ਦੀ ਸ਼ਾਦੀ ਨਹੀਂ, ਬਰਾਤ ਦੀ ਰੋਟੀ ਏ। ਪੁੱਤੇ ਜੀ ਸਰ, ਬੇਟਾ ਮੇਰੇ ਕੋਲ ਇੱਕ ਤੇਰੇ ਇਸ ਮਸਲੇ ਦਾ ਹੱਲ ਹੈ। ਉਹ ਕੀ ਸਰ ਜੀ? ਤੂੰ ਬੇਟਾ ਇੰਝ ਕਰ, ਕੋ ਹਾਈ ਪ੍ਰੋਫਾਈਲ, ਕੋ ਬੜਾ ਵੱਡਾ, ਕੋ ਖਤਰਨਾਕ ਜਿਹਾ ਮੁਜਰਮ ਫੜ, ਇਨਾਮ ਦੇ ਤੌਰ ਤੇ ਮੈਂ ਤੈਨੂੰ ਛੁੱਟੀ ਲੈ ਕੇ ਦੇ ਸਕਦਾ ਵਾਂ।